ਅੱਲੈਕੁਮ ਸਤ ਸ੍ਰੀ ਅਕਾਲ ਪ੍ਰਣਾਮ ਦੋਸਤੋ 1 ਪਿੰਡ ਪੰਜਾਬ ਦਾ ਚੈਨਲ ਦੀ ਟੀਮ ਸਾਡਾ ਦੇਸ਼ ਪੰਜਾਬ ਚੈਨਲ ਦੀ ਟੀਮ ਔਰ ਸਾਂਝਾ ਪੰਜਾਬ 1947 ਨਜ਼ਰ ਬੂਬਕ ਸਾਹਿਬ ਇਹ ਸਾਡੇ ਨਾਲ ਆ ਜੀ ਤੇ ਸਾਡੇ ਕੋਲ ਅੱਜ ਚੜ੍ਹਦੇ ਪੰਜਾਬ ਤੋਂ ਆਏ ਹੋਏ ਦੋ ਖਾਸ ਮਹਿਮਾਨ ਜਿਹੜੇ ਇੱਕ ਤੇ ਕੁਲਬੀਰ ਸਿੰਘ ਮੁਸ਼ਕਾਬਾਦ ਫਿਲਮ ਇੰਡਸਟਰੀ ਦਾ ਇੱਕ ਬੜਾ ਨਾਂ ਦੂਸਰਾ ਜਿਨ੍ਹਾਂ ਦੇ ਨਾਂ ਤੇ ਸਰਦਾਰ ਮੁਹੰਮਦ ਫਿਲਮ ਬਣੀ ਸੀਗੀ ਉਹਨਾਂ ਦੇ ਵਿੱਚ ਕਿਰਦਾਰ ਅਦਾ ਕਰਨ ਵਾਲੇ ਗੁੱਲੂ ਅਸਲ ਜਿਹੜੇ ਆ ਨਾ ਕਰੈਕਟਰ ਉਹ ਅੱਜ ਆਪਣੇ ਭਤੀਜਿਆਂ ਨੂੰ ਇੱਥੇ ਸਰਦਾਰ ਮੁਹੰਮਦ ਦੀ ਔਲਾਦ ਨੂੰ ਮਿਲਣ ਲਈ ਇੱਥੇ ਨਨਕਾਣਾ ਸਾਹਿਬ ਆਏ ਆ ਅੱਜ ਉਹਨਾਂ ਨਾਲ ਮੁਲਾਕਾਤ ਕਰवानी ਆ ਜੀ ਗੁੱਲੂ ਔਰ ਸਰਦਾਰ ਮੁਹੰਮਦ ਦੀ ਜਿਹੜੀ ਮੁਹੱਬਤ ਆ ਉਹਦੇ ਬਾਰੇ ਵੀ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਔਰ ਜਦੋਂ ਫਿਰ ਇਹ ਛੱਡ ਕੇ ਗਏ ਸੀਗੇ ਤੇ ਇਹਨਾਂ ਦੇ ਜਾਣਦਿਆਂ ਹੋਇਆ ਕਿ ਜਿਹੜੇ ਹਾਲਾਤ ਸੀ ਕੀ ਇਹਨਾਂ ਦੇ ਜਜ਼ਬਾਤ ਸੀ ਉਹ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਨੀ ਸਾਡੇ ਨਾਲ ਜੁੜੇ ਰਹੋ ਜੀ ਅੱਜ ਇਹਨਾਂ ਦੇ ਭਰਾਵਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਭਰਾ ਦੀ ਔਲਾਦ ਆ ਉਹਨਾਂ ਨਾਲ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਉਹ ਵੀ ਇਹਨਾਂ ਲਈ ਹਾਰ ਲੈ ਕੇ ਖੜੇ ਆ

ਚੁੱਪੀਆਂ ਜੀ ਦੇਦੇ ਤੇ ਜਿੱਥੇ ਕਿ ਸਰਦਾਰ ਮੁਹੰਮਦ ਦੀ ਔਲਾਦ ਵੀ ਬੈਠੀ ਆ ਔਰ ਉਹ ਬੰਦਾ ਵੀ ਬੈਠਾ ਜਿਹੜਾ ਕਹਿੰਦੇ ਸੀ ਵੀ ਛੋਟੇ ਹੁੰਦੇ ਨੂੰ ਛੋਟਾ ਸੀਗਾ ਤੇ ਉਦੋਂ ਉਹਨਾਂ ਨੂੰ ਨਲਕਾ ਗੇੜ ਕੇ ਨਲਾਂਦਾ ਹੁੰਦਾ ਸੀਗਾ ਆਸ਼ਕ ਗਲੀ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਗੁੱਲੂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਇਹ ਕਦੋਂ ਛੱਡ ਕੇ ਗਏ ਸੀ ਕਿਦਾਂ ਛੱਡ ਕੇ ਗਏ ਸੀ ਸਾਰੇ ਮਾਮਲੇ ਸਾਨੂੰ ਤੁਸੀਂ ਦੱਸਣੇ ਆ ਜੀ ਮੈਂ ਬੇਟਾ 82 ਸਾਲ ਜਨਵਰੀ ਚ ਮਆ ਸੀਗਾ ਤੇ ਉਦੋਂ ਮੈਂ 90 ਦਿਨ ਰਹਿ ਕੇ ਤੇ ਮੈਂ ਅੰਬੈਸੀ ਤੇ ਉਹਦਾ ਬਾਈ ਸਰਜੀਤ ਨੂੰ ਟੈਂਪਰੇਰੀ ਸਟੇ ਦੇਵਾ ਕੇ ਫਿਰ ਮੈਂ ਥੋਂ ਵਾਪਸ ਗਿਆ ਸੀ ਉਹ ਟੈਂਪਰੇਰੀ ਸਟੇ ਦਿਵਾਉਣ ਦੇ ਵਿੱਚ ਤੇ ਸਾਰ ਨੂੰ ਬੜਾ ਹੱਥ ਨੇਕ ਮੁਮਤ ਜੀ ਦੇ ਚੌਧਰੀ ਤੇ ਉਹਨਾਂ ਦਾ ਉਹ ਲਾਹੌਰ ਰਹਿੰਦੇ ਸੀ ਤੇ ਉਹਨਾਂ ਦਾ ਬਹੁਤ ਬੜਾ ਯੋਗਦਾਨ ਸੀ ਉਹੀ ਮੇਰਾ ਵੀਜ਼ਾ ਬਣਾਉਂਦੇ ਰਿਹਾ ਸੀ ਜਦੋਂ ਇੰਡੀਆ ਤੋਂ ਆਏ ਸੀ ਪਹਿਲਾਂ 15 ਦਿਨ ਦਾ ਵੀਜ਼ਾ ਦਿੱਤਾ ਸੀ ਮੈਨੂੰ ਪਲਾਹਾ ਜਾ ਨੂੰ ਸੀ ਉਹਨਾਂ ਦਾ ਸੈਕਟਿ ਫਸਟ ਦਾ ਫੇਰ ਉਹਨਾਂ ਨੇ 15 ਦਿਨ ਦਾ ਦੇ ਕੇ ਮੇਰੀ ਗੱਲ ਸੁਣਦੇ ਸੁਣਦੇ ਜੋ ਉਹਨਾਂ ਨੇ ਕਟਿਆ ਤਾਂ ਮੈਨੂੰ ਫੀਲ ਹੋਇਆ ਵੀ ਇਹ ਹੁਣ ਰਿਜੈਕਟ ਕਰੂਗਾ ਤੇ ਪਿਕਚਰ ਦੇ ਵਿੱਚ ਦਾ ਤਰਸੀਮ ਜਸੜ ਨੇ ਦਿਖਾਇਆ ਚਲੋ ਉਹਨੇ ਰੁਪਈਏ ਕਮਾਉਣ ਲਈ ਪਿਕਚਰ ਬਣਾਈ ਮੈਂ ਪਿਆਰ ਵਧਾਉਣ ਲਈ ਛੱਡ ਕੇ ਗਿਆ ਮੇਰਾ ਤਾਂ ਮੋਟਾ ਮਤਦ ਪੈਦਾ ਹੁੰਦਾ ਇਹ ਤਾਂ ਆਪਣਾ ਪਰਪਣ ਪਕਾਇਆ ਉਹਨੇ ਆਪਣਾ ਪੈਸਾ ਦੇਖਿਆ ਜਿਵੇਂ ਉਹਦਾ ਜੀ ਕੀਤਾ ਕਰ ਲਿਆ ਤੇ ਜਦੋਂ ਉਹਨਾਂ ਨੇ ਕੀਤਾ ਤੇ ਉਹ ਜਦੋਂ ਕਟਿਆ ਮੈਂ ਇੱਕ ਮਿੰਟ ਉਹਦੇ ਗੋਡੀਆਂ ਹੱਥ ਲਾ ਕੇ ਆ ਇਹ ਤਾਂ ਐਵੇਂ ਬਕਵਾਸ ਹੁੰਦਾ ਐਡੇ ਵੱਡੇ ਅਫਸਰ ਦਾ ਕੋਣ ਕੋਈ ਹੱਥ ਪੜ ਲੂਗਾ ਚਾਹ ਇੰਡੀਆ ਦਾ ਅਫਸਰ ਚਾਹ ਪਾਕਿਸਤਾਨ ਦਾ ਅਫਸਰ ਐਨੀ ਤਾਂ ਮੈਨੂੰ ਨੌਲੇਜ ਆ ਮੈਂ ਖੁਦ ਅਫਸਰ ਫੈਮਿਲੀ ਨੂੰ ਬਿਲੋਂਗ ਕਰਦਾ ਸਾਰਾ ਖਾਨਦਾਨ ਮੇਰਾ ਅਫਸਰ ਹੁੰਦਾ ਚਲੋ ਜਦੋਂ ਮੈਂ ਉਹ ਮੇਰੇ ਕਿੰਨੀਆਂ ਟੇਢੀ ਅੱਖਾਂ ਨਾਲ ਦੇਖੇ ਤੇ ਨਾਲ ਮੁਸਕਰਾਏ ਮੈਂ ਕਹਾਂ ਸ਼ਫੀਉ ਨੂੰ ਪਤਾ ਹ ਸ਼ਫੀਉੱਲਾਹ ਹਕ ਅੱਜ ਵੀ ਜੇ ਉਹ ਜਿਉਂਦੇ ਹੋਣ ਤਾਂ ਅੱਲਾਹ ਤਾਲਾ ਉਹਨਾਂ ਨੂੰ ਨੀਕੀਆਂ ਬਖਸ਼ੇ ਤੇ ਜੋ ਉੱਪਰ ਚਲੇ ਗਏ ਨੇ ਤਾਂ ਅੱਲਾਹ ਤਾਲਾ ਉੱਪਰ ਵੀ ਉਹਨਾਂ ਨੂੰ کیا ਕਰੇ ਉਹਨਾਂ ਦਾ ਮੈਂ ਕਹੂੰਗਾ ਬਾਈ ਸਰਜੀਤ ਜੀ ਆਰ ਮੇਰੀ ਜ਼ਿੰਦਗੀ ਦਾ ਬੜਾ ਅਹਿਮ ਰੂਪ ਸੀ ਉਹ ਚਾਹੁੰਦੇ ਵੀ ਜ਼ਰਦਕਟ ਵੀ ਕਰ ਸਕਦੇ ਕਿਉਂਕਿ ਉਹ ਉਸ ਵੇਲੇ ਕੋਈ ਡੀ ਵੱਡੀ ਸਪਾਂਸਰ ਵਾਲੀ ਗੱਲ ਨਹੀਂ ਸੀਗੀ ਨਾ ਕਿ ਤਨੂੰ ਇੰਨੀ ਨੌਲੀ ਸੀ ਨਾਹੀਂ ਮੈਨੂੰ ਨੌਲੇ ਸੀ ਇਹਨਾਂ ਕਾਰਨਾ ਕਰਕੇ ਚਲੋ ਐਨੀ ਉਦੋਂ ਬਾਅਦ ਅਸੀਂ ਵੀਜ਼ਾ ਲੈ ਕੇ ਦੋਨੇ ਭਰਾ ਅਸੀਂ ਪਿੰਡ ਆ ਗਏ ਪਿੰਡ ਆਉਣ ਤੋਂ ਬਾਅਦ ਘਰ ਦਾ ਨੂੰ ਮਿਲੇ ਤੇ ਕਿਉਂਕਿ ਉਦੋਂ ਮੈਂ ਥੋੜਾ ਜਿਹਾ ਪੜਦਾ ਰੱਖਿਆ ਸੀ ਉਸ ਵੇਲੇ ਪਾਕਿਸਤਾਨ ਆਉਣ ਨੂੰ ਕੋਈ ਵੀ ਤਿਆਰ ਨਹੀਂ ਸੀ ਹਰ ਕਿਨੂ ਇਹ ਡਰ ਸੀ ਵੀ ਇਹ ਮੁੰਡਾ 35 ਸਾਲ ਮਾਂ ਬਾਪ ਉੱਥੇ ਰਿਹਾ ਵੀ ਪਤਾ ਨਹੀਂ ਇਹਦੇ ਮਾਪੇ ਮਾਰ ਮਰੀ ਜਾਂ ਨਾ ਕਰਦਾਂ ਵੇ ਤੂੰ ਸਾਡਾ 35 ਸਾਲ ਮੁੰਡਾ ਨਹੀਂ ਮੋੜਿਆ ਪਰ ਹੁਣੇ ਪਰਿਵਾਰ ਬੈਠਾ ਮੈਂ ਇਹਨਾਂ ਦੇ ਮੂੰਹ ਤੇ ਕਹਿਣਾ ਇਹਨਾਂ ਨੂੰ ਪਤਾ ਲੱਗ ਹੀ ਆ ਸੀ 17 ਸਾਲ ਪਹਿਲਾਂ ਅੱਛਾ ਇਹਨਾਂ ਤੋਂ ਕੋਈ ਉਦਨ ਇੰਡੀਆ ਲੈਣ ਨਹੀਂ ਗਿਆ ਲੱਗਣ ਤੋਂ ਬਾਅਦ 2-3 ਸਾਲ ਬਾਈ ਸਰਜੀਤ ਨੇ ਆਪਣੇ ਚਾਚੇ ਕੋਲ ਵੀ ਬਠਿੰਡੇ ਕੱਟੇ ਉੱਥੇ ਖੇਤੀ ਕਰਨ ਗਿਆ ਚਲੋ ਜੋ ਸਾਡਾ ਫਰਜ਼ ਬਣੇ ਜੋ ਸਾਡੇ ਦਾ ਭਰਾ ਸੀ ਬਾਕੀ ਠੀਕ ਹੈ ਇਹਨਾਂ ਨਾਲ ਖੂਨ ਦਾ ਰਿਸ਼ਤਾ ਸੀ ਸਾਡੇ ਨਾਲ ਪਿਆਰ ਦਾ ਰਿਸ਼ਤਾ ਸੀ ਇਹ ਤਾਂ ਜੰਮ ਕੇ ਵਿਲੇ ਹੋਗੇ ਸਿੱਧੀ ਜੀ ਗੱਲ ਮੈਂ ਦਾ ਸਟ੍ਰੇਟ ਫਾਰਵਰਡ ਬੰਦਾ ਮੈਂ ਨਹੀਂ ਕੋਰ ਕਰ ਉਹਦਾ ਕੀ ਜਾਂ 4 ਸਾਲ ਦਾ ਬੱਚੇ ਦਾ ਕੀ ਹੁੰਦਾ 4 ਸਾਲ ਤੋਂ ਬਾਅਦ ਜ਼ਿੰਦਗੀ ਤਾਂ ਮੇਰੀ ਮਾਂ ਨੇ ਦਿੱਤੀ ਠੀਕ ਹੈ ਨਹੀਂ ਮੈਂ ਸਭ ਤੋਂ ਵੱਡਾ ਰੋਲ ਮੇਰੇ ਬੀਜੀ ਦਾ ਬੀਬੀ ਜੀ ਨੇ ਜੋ ਕੀਤਾ ਜਿਸ ਔਰਤ ਦੇ ਪਹਿਲਾਂ 5 ਬੱਚੇ ਹੋਣ ਉਹ 6ਵਾਂ ਬੱਚਾ ਕਿਉਂ ਪਾਲੂਗੀ ਕਿਉਂ ਪਾਲੂਗੀ ਫਿਰ ਉਸ ਕੋਈ ਜਿਆਦਾ ਦੰਤ ਕੋਈ ਨਹੀਂ ਫਾਦਰ ਉਹਦਾ ਕਰਨਾ ਲੋਵੇ ਭਰਾ ਉਹਦਾ ਨਾ ਹੋਵੇ ਠੀਕ ਉਥੋਂ ਉਹਨੂੰ ਕਰੋੜਾਂ ਦੀ ਪ੍ਰਾਪਰਟੀ ਆਉਂਦੀ ਹੋਵੇ ਫੇਰ ਉਹਦਾ ਹਸਬੰਦ ਵੀ ਅਫਸਰ ਹੋਵੇ ਤੇ ਉਹਨੇ ਕੀ ਲੈਣਾ ਜੀ ਠੀਕ ਹੈ ਚਲੋ ਵਕਤ ਸੀ ਜੇ ਅਸੀਂ ਪਿਆਰ ਦਿੱਤਾ ਤਾਂ ਉਹ ਵੀ ਪੁੱਤ ਬਣ ਕੇ ਰਿਹਾ ਮੈਂ ਉਧਰਲੀ ਇੰਟਰਵਿਊ ਚ ਵੀ ਕਿਹਾ ਸੀ ਮੈਂ ਰਿਆਜ਼ ਬਟਾਲਵੀ ਨੂੰ ਵੀ ਕਿਹਾ ਸੀ 35 ਸਾਲ ਬਾਅਦ ਬੱਚਾ ਮਾਂ ਨੂੰ ਮਿਲਿਆ ਮਾਨ ਨਹੀਂ ਹੋ ਚੁੱਕੀ ਸੀ ਤੇ ਉਦੋਂ ਵੀ ਮੈਂ ਕਿਹਾ ਸੀਗਾ ਬਈ ਦੇਖੋ ਹੋਰ ਕਿਸੇ ਦੀ ਰੋਲ ਹੋਵੇ ਨਾ ਹੋਵੇ ਛੋਟਾ ਉਹਦਾ ਮੈਂ ਵੀ ਥੋੜਾ ਗਰਮ ਜਿਆਦਾ ਸੀ ਤੇ ਮੈਂ ਤੁਹਾਨੂੰ ਰਸਤੇ 'ਚ ਵੀ ਦੱਸਿਆ ਵੀ ਮੈਂ ਕੱਲ 'ਚ ਫਸਟ ਇਲੈਕਸ਼ਨ ਲੜੀ ਵਾਹਿਗੁਰੂ ਦੀ ਕਿਰਪਾ ਨਾਲ ਭਾਤੋਂ ਜ਼ਿਆਦਾ ਵੋਟਾਂ ਨਾਲ ਮੈਂ ਜਿੱਤਿਆ 168 ਵੋਟਾਂ 'ਚ 34 ਲੈ ਦਿੱਤੇ ਜਿੱਥੇ ਕਿਤੇ ਮੈਨੂੰ ਲੋੜ ਪੈਂਦੀ ਸੀ ਤੇ ਬਾਈ ਮੇਰੇ ਨਾਲ ਖੜਦਾ ਸੀ ਉਹਦਾ ਫਰਜ਼ ਵੀ ਬਣਦਾ ਸੀ ਦੇਖੋ ਮੈਂ ਸ਼ਰਮ ਕੇ ਨਾ ਵੱਡਾ ਭਰਾ ਸੀ ਹਾਲਾਂਕਿ ਸਾਡੀ ਉਮਰ ਤਾਂ ਫਰਕ ਵੱਧ ਤੋਂ ਵੱਧ 2 ਸਾਲ ਦਾ ਹੀ ਹੋਊਗਾ ਮੈਕਸਿਮਮ ਉਹਦਾ ਅਰੂ ਉਹਨੇ ਕਦੀ ਨਹੀਂ ਸਮਝਿਆ ਵੀ ਮੈਂ ਨਾ ਇਹਨਾਂ ਦਾ ਪਾਲਕ ਪੁੱਤਰ ਆ ਅੱਛਾ ਉਹਨੂੰ ਪਤਾ ਸੀਗਾ ਵੀ ਮੈਂ ਲੈ ਪਾਲਕ ਬਿਲਕੁਲ ਪਤਾ ਸੀ ਅੱਛਾ ਪਹਿਲੇ ਦਿਨ ਤੋਂ ਹੀ ਪਤਾ ਸੀ ਇਹ ਮਿਲਿਆ ਕਿਦਾਂ ਸੀ ਆਪਾਂ ਨੂੰ ਹੁਣ ਮਿਲੇ ਵਾਲੀ ਗੱਲ ਐ ਕਹਣਾ ਬੇਟੇ ਥੋੜਾ ਜਿਹਾ ਗੱਲ ਗੂੜ ਰੱਖ ਲਓ ਪਿਕਚਰ ਦੇ ਵਿੱਚ ਕੁਸ਼ੂਰ ਦਿਖਾਇਆ ਹਲਾ ਕੁਸ਼ੂਰ ਸੀ ਇਹ ਜਰੂੜ ਆ ਵੱਟ ਉਦੋਂ ਮਿਲਿਆ ਉਹ ਮੈਂ ਪ੍ਰਸਤ ਨਹੀਂ ਕਹਿਣਾ ਚਾਹੁੰਦਾ ਉਹਦੇ ਜਿਹੜੇ ਮੇਰੇ ਪਰਾ ਲਈ ਵੀ ਕੁਛ ਹੈ ਮੈਂ ਮਰਨੀ ਮਰ ਜੂ ਮੈਂ ਉਹ ਸ਼ਬਦ ਨਹੀਂ ਬੋਲੂ ਜਿੱਦ ਮੇਰੇ ਭਰਾ ਦੀ ਆਦਮਾਨ ਦੁੱਖ ਲੱਗੇ ਉਹਨੂੰ ਚਲੋ ਉਹ ਤੋਂ ਬਾਅਦ ਪੜ੍ਹੇ ਪੰਜਵੀਂ ਤੱਕ ਲੱਦੜੀ ਪੜਿਆ ਸਨ 52 ਚ ਪਾਪਾ ਹੀ ਨੇ ਆਰਮੀ ਡਿਜ਼ਾਈਨ ਕਰਤੀ ਪਹਿਲਾਂ ਮੇਰੇ ਪਾਪਾ ਜੀ ਪੁਲਿਸ ਦੀ ਡੀਐਸਪੀ ਸੀ ਪੁਲਿਸ ਹੀ ਛੱਡ ਕੇ ਨੌਕਰੀ ਇੰਡੀਅਨ ਆਰਮੀ ਚ ਲੈਫਟੇਨੈਂਟ ਭਰਤੀ ਹੋਏ ਉਹ ਵੀ ਇਸੇ ਪਿੰਡ ਦੀ ਬਦੌਰਤ ਇਹਨਾਂ ਦੇ ਪਿੰਡ ਦੇ ਬਾਈ ਸਰਜੀ ਦੇ ਪਿੰਡ ਦਾ ਡਾਕੂ ਸੀ ਬੜਾ ਮਸ਼ਹੂਰ ਉਹ ਮੇਰੇ ਪਾਪਾ ਹੀ ਨੇ ਕਾਊਂਟਰ ਚ ਅਰ ਉਸ ਦੇ ਭਰਾ ਨੂੰ ਉਹਦੇ ਘਰੇ ਮਿਲਣ ਗਿਆ ਹਾਲਾਂਕਿ ਅੱਬੂ ਨੇ ਮੈਨੂੰ ਕਿਹਾ ਕਿਉਂਕਿ ਜੇ ਅੱਬੂ ਕਹਿੰਦੇ ਨੇ ਅਸੀਂ ਪਾਪਾ ਹੀ ਕਹਿੰਦੇ ਆ ਇਹਨਾਂ ਦੇ ਕਰਕੇ ਫਿਰ ਮੈਂ ਵੀ ਅੱਬੂਏ ਕਹਿੰਦਾ ਅਸੀਂ ਬਾਈ ਸਰਜੀ ਦੇ ਫਾਸ ਨੂੰ ਉਹਨਾਂ ਨੇ ਮੈਨੂੰ ਕਿਹਾ 5-7 ਦਿਨ ਬਾਅਦ ਵੀ ਬੇਟਾ ਫਲਾਣੇ ਪਾਸੇ ਨਾ ਜਾਈਂ ਵੀ ਉਧਰ ਤਾਰਾ ਡਾਕੂ ਸੀ ਮੋਸਟ ਪ੍ਰੋਬਬਲੀ ਬਈ ਉਹਦਾ ਭਾਈ ਰਹਿੰਦਾ ਬਈ ਉਹਦੇ ਭਰਾ ਨੂੰ ਤੇਰੇ ਪਾਪਾ ਨੇ ਮਾਰਿਆ ਸੀ ਤੇ ਮੈਂ 5-7 ਦਿਨ ਦਾ ਚੁੱਪ ਰਿਆ ਥੋੜਾ ਜਿਹਾ ਮੈਂ ਵੀ ਮੈਂ ਕਈ ਮੁਕਰਨਗੇ ਮੈਂ ਕਿਉਂ ਮੁਕਰਾਂ ਇਸ ਪਰਿਵਾਰ ਚੋਈ ਗੱਲ ਹੋਈ ਉਹ ਹੁਣ ਜੋ ਕਹਿਣ ਮੈਂ ਗੱਲ ਨਹੀਂ ਕਹੀ ਗੁੱਲੂ ਨੂੰ ਤਾਂ ਮੱਝ ਵੀ ਕਹਿ ਕੇ ਜਾਊਂਗਾ ਇੱਥੇ ਹਾਂ ਮੈਂ ਕਹੀਆ ਫਰ ਐਗਜ਼ਾਮਪਲ ਮੈਂ ਇਹਨਾਂ ਦੇ ਪਾਪਾ ਨਾਲ ਟੈਲੀਫੋਨ ਤੇ ਗੱਲ ਹੋਈ ਇੱਕ ਕਾ ਬਾਾਰ ਗੱਲ ਹੋਈ ਮੈਨੂੰ ਕਹਿੰਦਾ ਜਵਾਗ ਜੰਮ ਕੇ ਸਿੱਟ ਗਿਆ ਤੁਰ ਗਿਆ ਇਹ ਗੱਲ ਬਣਦੀ ਹੈ ਕਹਿਣੀ ਮੈਂ ਟੈਲੀਫੋਨ ਤੇ ਕਿਹਾ ਵੀ ਅੱਲਾਹ ਦਿੱਤਾ ਤਾ ਤੂੰ ਮੇਰੇ ਤੋਂ ਛੋਟਾ ਸਾ 7-8 ਸਾਲ ਜਿੰਨਾ ਤੈਂ ਉਹਦੇ ਬੱਚਿਆਂ ਦੇ ਖਰਚ ਕੀਤਾ ਜਾਂ ਮੇਰੇ ਭਾਈ ਤੇ ਕੀਤਾ ਤੂੰ ਅੱਜੇ ਕਰ ਮੈਂ ਗੁਰੂ ਗ੍ਰੰਥ ਸਾਹਿਬ ਸੋਹ ਖਾਨਾ ਵਿਦਨ 24 ਆਪ ਤੇਰੇ ਅਕਾਊਂਟ ਚ ਪੈਸੇ ਪਾਉ ਅੱਜ ਇਹਨੇ ਨਾ ਸਨੇ ਬਹੁਤ ਮਜਬੂਰ ਕੀਤਾ ਅਸ ਕਹਿੰਦਾ ਮੈਨੂੰ ਵੀ ਗੁੱਸਾ ਇਸ ਗੱਲ ਨਾਲ ਮੈਨੂੰ ਵੀ ਗੁੱਸਾ ਦੇਖੋ ਕਮਾਲ ਜੁਲਮ ਸੀ ਨਾ 3 ਮਹੀਨੇ ਮੈਂ ਇੱਥੇ ਰਹਿ ਕੇ ਗਿਆ ਮੈਂ ਕੀ ਲੈ ਗਿਆ ਕੁਛ ਨਹੀਂ ਔਰ ਉਸ ਵਕਤ ਪਰਿਵਾਰ ਇੰਨਾ ਟਾਈਟ ਸੀ ਆ ਬੈਠਾ ਇਹਨਾਂ ਦਾ ਪਤਾ ਨਹੀਂ ਇੱਕ ਵਾਰਾ ਕਣਕ ਮੁਕੂਈ ਦੀ ਬੱਕਰੀ ਵੇਚਣੀ ਪਈ ਸੀ ਵਿਚਾਰਿਆਂ ਨੂੰ ਕਿਉਂ ਵੀ ਠੀਏ ਤਾਂ ਗਲਤ ਤੇਰੀ ਬਾਈ ਵੀ ਦਤ ਨਹੀਂ ਉਸ ਵਕਤ ਇਹ ਪਰਿਵਾਰ ਪੈਸੇ ਕੰਨੀਓ ਬਹੁਤ ਟਾਈਟ ਸੀ ਸਾਰੇ ਹਾਲਾਤ ਉਹ ਦੇਖੋ ਅੱਲਾਹ ਤਾਲਾ ਦੀ ਹੱਤ ਸੀ ਉਸ ਵਕਤ ਮੇਰੇ ਖਿਆਲ ਸਾਰੇ ਪਿੰਡ ਜੋ ਇੱਕੋ ਘਰ ਹੋਣਾ ਜਿੱਥੇ ਬਿਜਲੀ ਵੀ ਨਹੀਂ ਸੀਗੀ ਪਰ ਇਹ ਪਰਿਵਾਰ ਠੀਕ ਆ ਅਮੀਰੀ ਗਰੀਬੀ ਅੱਲਾਹ ਤਾਲਾ ਪਰ ਇਹ ਨਹੀਂ ਕੋਈ ਕਹਿ ਸਕਦਾ ਪਿੰਡ ਚ ਵੀ ਕਿਸੇ ਤੋਂ ਇਹਨਾਂ ਨੇ ਦੋ ਰੁਪਏ ਲੈ ਹਾਂ ਅੰਮੀ ਅੰਨੀ ਹੋਣ ਦੇ ਬਾਵਜੂਦ ਵੀ ਦਾਈਪਣਾ ਕਰਦੀ ਸੀ ਦਸਾਂ ਨਾ ਹੋ ਦੀ ਕਮਾਈ ਕਰਦੀ ਸੀ ਜਿੱਥੇ ਪਲੱਸ ਪੁਆਇੰਟ ਆ ਮੈਂ ਠੋਕੇ ਕਹੂੰਗਾ ਸਾਰੇ ਪਿੰਡ ਚ ਅੰਮੀ ਦੀ ਇੱਜ਼ਤ ਸੀ ਔਰ ਅੱਜ ਵੀ ਮੈਂ ਅੰਮੀ ਨੂੰ ਉਹ ਪਿਆਰ ਸਤਿਕਾਰ ਦੇਣਾ ਅਬੂ ਦਾ ਵੀ ਦੇਣਾ ਦੇਖੋ ਉਹਨਾਂ ਨੇ ਮੈਨ ਮੈਂ 3 ਮਹੀਨੇ ਰਹਿ ਗਿਆ ਹੱਥੋਂ ਜਿਆਦਾ ਕਦੇ ਮੈਨੂੰ ਬੇਟੇ ਬਗੈਰ ਨਹੀਂ ਬੁਲਾਇਆ ਅੰਮੀ ਨੇ ਸਵੇਰੀ ਆ ਕੇ ਪੁੱਛਣਾ ਪੁੱਤ ਤੂੰ ਬਹੁਤ ਤੰਗਾ ਮੈਂ ਕਿਹਾ ਮੀਨਾ ਚਾ ਅਲੀ ਮੁਹੰਮਦ ਬਲੀ ਮੁਹੰਮਦ ਹੋ ਪਾਈ ਸੀ ਬਹੁਤ ਉਹਨਾਂ ਨੇ ਮੈਨੂੰ ਕਹਿਣਾ ਸਾਡੇ ਰਾਤ ਕੱਟ ਮੈਂ ਕਿਹਾ ਨਾ ਮੇਰਾ ਭਾਈ ਕੀ ਸੋਚੂ ਬਈ ਮੈਂ ਉੱਥੇ ਅਮਰੀਕਾ ਠੱਕ ਕੇ ਆਇਆ ਗੁੱਲੂ ਮੇਰੇ ਟੱਬਰ ਦੀ ਗਰੀਬੀ ਦੇਖ ਕੇ ਮੇਰੇ ਰਾਤ ਨਹੀਂ ਕੱਟਦਾ ਇਹ ਬੈਠਾ ਇਹਦਾ ਬਾਅਦ ਚ ਜੰਮੇ ਨੇ ਪੁੱਛ ਲੋ ਭੈਣ ਜੀਉਂਦੀ ਬੈਠੀ ਆ ਵਿਚਾਰੀ ਉਹਨੂੰ ਪਤਾ ਮੈਂ ਕਿਹਾ ਨਹੀਂ ਕੀ ਲੁਣਾ ਗਿਆ ਯਾਰ ਜੇ ਨਹੀਂ ਹੈਗਾ ਕੀ ਕੀ ਕਿੱਡੀ ਕਬੱਡੀ ਗੱਲਾਂ ਜਿਹੜਾ ਮੈਂ ਟੱਬਰ ਤੇ ਨਹੀਂ ਕੱਟ ਸਕਦਾ ਹੈਗਾ ਅਸੀਂ ਕੋਠੇ ਤੇ ਪੈਣਾ ਪੱਗਾਂ ਖੋਲ ਕੇ ਪੈਣੀਆ ਮੱਛਰ ਬੜਾ ਹੁੰਦਾ ਸੀ ਉਦੋਂ ਸਰਜੀਤ ਨੇ ਵੀ ਰੱਖੀ ਸੀਗੀ ਉਹ ਵਾਲ ਰੱਖਿਆ ਸੀ ਕੇਸ ਵਾਲ ਰੱਖਿਆ ਸੀ ਦਾੜੀ ਕੱਟਦਾ ਸੀ ਇੱਕ ਦਿਨ ਵੀ ਬਾਈ ਜੀ ਉਹਨੂੰ ਕੁਛ ਨਹੀਂ ਕਰਾਇਆ ਪਰ ਇਹ ਬੈਠਾ ਮੈਨੂੰ ਦੁੱਖ ਹੈ ਇਸ ਗੱਲ ਦਾ ਮੇਰੀ ਅੰਮੀ ਨੇ ਕਿਹਾ ਸੀ ਵੀ ਸਰਜੀਤ ਹੋਰ ਜੋ ਮਰਜੀ ਕਰੀ ਉੱਥੇ ਸਿਕਟਣਾ ਪੀ ਪਤੰਦਰਾਂ ਨੇ ਤੀਏ ਦਿਨੇ ਸਿਕਟ ਪੜਾਈ ਫਿਰ ਵੱਡਾ ਮੁਸਲਮਾਨ ਬਣ ਗਿਆ ਜੀ ਮੈਨੂੰ ਦੌਜ ਪਾ ਇਹ ਚੈਨਲ ਸਾਰੀ ਦੁਨੀਆ ਤੇ ਜਾਣਾ ਜਾਂ ਮੈਨੂੰ ਦੱਸ ਦੋ ਇਸਲਾਮ ਚ ਲਿਖਿਆ ਹੋਇਆ ਵੀ ਜਿਹੜਾ ਸਿਗਰਟ ਨਹੀਂ ਪੀਂਦਾ ਉਹ ਮੁਸਲਮਾਨ ਨਹੀਂ ਹੈ ਕੋਈ ਚੰਗੀ ਚੀਜ਼ ਨਹੀਂ ਹੈਗੀ ਹਾਂ ਜੀ ਜੱਜਾ ਜੀ ਜੀ ਬੈਠੇ ਮੈਂ ਹੁਣ ਵੀ ਉਹਨੂੰ ਟੈਲੀਫੋਨ ਤੇ ਕਹ ਦੇਣਾ ਉਹਨਾਂ ਇਹ ਤਾਂ ਐਡੀ ਮਾੜੀ ਚੀਜ਼ ਆ ਆਪਾਂ ਆਪਣੇ ਨਿਆਣੇ ਨੂੰ ਕਹਿੰਨੇ ਵੀ ਤੂੰ ਆਹ ਪੀਣ ਵਾਲੇ ਨੂੰ ਕਹਿੰਦੇ ਪਰੇ ਕਰ ਪਰੇ ਮੇਰੇ ਨਿਆਣਿਆਂ ਤੱਕ ਨਾ ਜੀ ਨਹੀਂ ਕੀ ਕਿ ਮੇਰੀ ਮਾਂ ਦੀ ਕਿੱਡੀ ਆਰ ਦੇਖੋ ਮੈਂ ਆਪਣੇ ਭਾਈ ਨੂੰ ਫੇਰ ਕਹੂੰਗਾ ਅਸੀਂ ਦੋਨੇ ਭਾਈ ਇੱਕ ਥਾਲੀ ਜੀ ਰੋਟੀ ਖਾਂਦੇ ਸੀ ਅਸੀਂ ਤਾਂ ਕਹੀਏ ਉੱਥੇ ਇੰਡੀਆ 'ਚ ਵੀ ਅਸੀਂ ਮੁਸਲਮਾਨਾਂ ਦੀ ਰੋਟੀ ਖਾਣੀ ਸਾਡੇ ਟੱਬਰ ਨੇ ਤਾਂ ਕਦੇ ਨਹੀਂ ਕਿਹਾ ਮੈਂ ਉਹਦੀਆਂ ਮੇਰੇ ਭਤੀਜੇ ਭਤੀਜੀਆਂ ਮੈਂ ਅੱਜ ਵੀ ਕਸਮ ਧੱਕ ਕੇ ਕਹਿਣਾ ਸਾਰੇ ਬੱਚੇ ਬਾਈ ਨਾਲ ਸੌਂਦੇ ਸੀ ਸੁੱਤੇ ਪਿਆ ਨੂੰ ਭਾਬੀ ਜੀ ਹੁਣੀ ਬਾਈ ਹੁਣੀ ਚੱਕ ਕੇ ਜਾਂਦੇ ਸੀ ਉਹ ਕਿਉਂ ਸੌਂਦੇ ਸੀ ਜੇ ਬਾਈ ਪਿਆਰ ਕਰਦਾ ਸੀ ਜੇ ਭਾਈ ਪਿਆਰ ਨਾਲ ਮੈਂ ਐਵੇਂ ਗੱਲ ਵਿੱਚ ਨਹੀਂ ਆਣੇ ਪਿਆਰ ਕਰਕੇ ਦਿਸੇ ਰਹੂੰ ਭਾਈ ਵੀ ਪਿਆਰ ਕਰਦਾ ਸੀ ਅਛੇ 4 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਕੋਲ ਆ ਗਏ ਸੀਗੇ ਉਸ ਤੋਂ ਬਾਅਦ ਇਹ ਪਰਵਾਨ ਚੜੇ ਜਹਰਾ ਜਵਾਨੀ ਆਈ ਆ ਤੇ ਪਤਾ ਇਹਨਾਂ ਨੂੰ ਕਿਹੜੀ ਉਮਰ ਦੀ ਕਿਹੜੀ ਸਟੇਜ ਤੇ ਜਾ ਕੇ ਲੱਗਾ ਕਿ ਮੈਂ ਇਹਨਾਂ ਦਾ ਲੈਪਾਲਕ ਮੈਂ ਤੁਹਾਨੂੰ ਫਸਟ ਡੇ ਤੋਂ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਪਤਾ 4 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਮੈਂ ਤੁਹਾਨੂੰ ਫੇਰ ਕਹਿੰਦਾ ਮੇਰੇ ਉਹ ਜ਼ਖਮ ਤੁੰਗਲ ਨਾ ਧਰੋ ਅੱਛਾ ਮੈਂ ਤੁਹਾਨੂੰ ਪਹਿਲਾਂ ਵੀ ਕਹਾਂ ਮੈਂ ਤੁਹਾਨੂੰ ਹੁਣ ਵੀ ਕਹਣਾ ਮੇਰੇ ਉਹ ਜ਼ਖਮ ਤੁੰਗਲ ਨਾ ਧਰੋ ਉਹਨੂੰ ਪਤਾ ਸੀ ਉਹਨੂੰ ਸਿਰਫ ਤਿੰਨ ਗੱਲਾਂ ਦਾ ਪਤਾ ਸੀ ਅਬਲੂ ਕੇਸਰ ਠੋੜਾ ਹੋਰ ਕੁਝ ਨਹੀਂ ਸੀ ਪਤਾ ਕਿਉਂਕਿ ਹਾਲਾਤੇ ਕੋ ਉਥੇ ਮੈਂ ਨਾ ਤਾਂ ਕੇਸਰ ਤੇ ਗਿਲਾ ਨਾ ਅਬਲੂ ਤੇ ਗਿਲਾ ਨਾ ਟਿਕ ਮੈਨੂੰ ਕਿਸੇ ਤੇ ਗਿਲਾ ਨਹੀਂ ਹਾਲਾਤ ਐਸੇ ਸੀ ਉਥੇ ਮੈਂ ਹੁੰਦਾ ਸਾਹਮਣੇ ਗੋਲੀ ਚੱਲਦੀ ਹੋਵੇ ਜਾਂ ਵੱਡ ਟੁੱਕ ਹੁੰਦੀ ਹੋਵੇ ਮੈਂ ਵੀ ਬੱਚੇ ਛੱਡ ਕੇ ਭੱਜੂਗਾ ਉਥੇ ਮੈਨੂੰ ਅੱਬੂ ਤੇ ਗਿਲਾ ਨਹੀਂ ਅੰਮੀ ਤੇ ਗਿਲਾ ਨਹੀਂ ਉਹ ਤਾਂ ਟਾਈਮ ਹੀ ਇਦਾਂ ਦਾ ਸੀ ਟਾਈਮ ਹੀ ਇਦਾਂ ਨਹੀਂ ਨੀ ਨਾ ਤਾਂ ਸਾਰਾ ਟਬਰੇ ਖੋ ਗਿਆ ਸੀ ਇਹਨਾਂ ਦਾ ਭਾਈ ਸਰਜੀਦਿਆਂ ਪੜਾਣਾ ਤਿੰਨ ਚਾਰ ਸਾਲ ਬਾਅਦ ਮਿਲੀਆਂ ਕਿਉਂ ਠੀਕ ਐ ਨਾ ਮਿਲੀਆਂ ਬਾਈ ਸਰਜੀਤ ਦਾ ਭਰਾ ਮੈਂ ਅੰਮੀ ਦੇ ਮਹਿਕਲਾ ਮੋਸਤਰੀ ਦੋ ਬਿਆਹ ਸੀ ਮੇਰੇ ਖਿਆਲਾਂ ਚ ਤੁਸੀਂ ਜੇ ਮੈਂ ਕਹਿੰਦਾ ਕਿ ਦੋਏ ਬਿਆਹ ਸੀ ਅੰਮੀ ਦੇ ਨਾ ਤੇ ਦਾਦੀ ਮਾਂ ਤੇ ਦੋ ਬਿਆਹ ਸੀ ਨਾ ਪਹਿਲੇ ਬਿਆਹ ਦਾ بڑا ਬਾਈ ਤਾਇਆ ਸੀ ਇੱਕ ਤੇ ਕੁੜੀ ਸੀ ਮੇਖਲਾ ਤੇ ਦੂਜੇ ਬਿਆਹ ਦੇ ਵਿੱਚੋਂ ਇਹ ਇਹਦੇ ਫਾਦਰ ਅੱਲਾ ਦਿੱਤਾ ਤੇ ਬਾਈ ਸਰਜੀਤ ਤੇ ਦੋ ਤਿੰਨ ਭੈਣਾਂ ਇਹ ਸੀਗੀਆਂ ਉਹ ਪਤਾ ਕੀ ਆ ਉਹ ਉਹ ਜਦੋਂ ਛੜ ਕੇ ਦੇ ਕੰਡੇ ਖੜਾ ਸੀ ਨਾ ਚੰਪੀਆਂ ਸੀ ਇਹ ਬਾਈ ਆਇਆ ਤਾਂ ਇਹਨੇ ਕੁਦਰਤੀ ਉਹ ਬੰਦਾ ਪਛਾਣ ਲਿਆ ਇਹ ਉਹਦੀਆਂ ਲੱਤਾਂ ਨੂੰ ਚੰਬੜ ਗਿਆ ਉਹਨੇ ਇਹਨੂੰ ਪੁੱਛਿਆ ਵੀ ਕੇਸਰ ਕਿੱਥੇ ਆ ਇਹਨੇ ਨੂੰ ਦੂਜਾ ਬੰਦਾ ਮਗਰੋਂ ਆਇਆ ਉਹ ਕਹਿੰਦਾ ਚੱਲੋ ਠੋੜਿਆ ਚੱਲੀਏ ਅਬਲੂ ਨੂੰ ਬਸ ਉਹ ਕੌਣ ਬੰਦਾ ਸੀ ਇਹ ਭੁੱਲ ਗਿਆ ਹੈ ਕਿਹਨੇ ਮਾਰਿਆ ਇਹ ਭੁੱਲ ਗਿਆ ਉਹ ਬੰਦੇ ਨੇ ਲੱਤਾਂ ਛਡਾਈਆਂ ਠੋਲੇ ਨੇ ਉਹ ਬਾਬੇ ਦਾ ਭਰਾ ਸੀ ਬਾਬੇ ਦਾ ਭਰਾ ਹੀ ਸੀ ਨਾ ਉਹਨੇ ਲੱਤਾਂ ਛਡਾ ਕੇ ਇਹਨੂੰ ਬਾਈ ਨੂੰ ਸੱਚ ਕੇ ਵਿਚਾਰੇ ਨੂੰ ਉਹ ਚਲੇ ਗਿਆ ਇਹਦੀ ਉਹ ਗੱਲ ਕਹਿਣਾ ਰਿਹਾ ਸੀ ਗੱਲ ਏਗਨੋਰ ਹੋ ਜਾਣੀ ਹਾਲਾਤ ਬਦਲਦੇ ਰਹੇ ਫਿਰ ਅਸੀਂ ਨੀਅਰ ਅਬਾਊਟ 63 ਜਾਂ 4 ਦੇ ਵਿੱਚ ਤੇ ਮੈਂ ਮੇਰੇ ਵੱਡੇ ਬ੍ਰਦਰ ਬਾਬੂ ਜੀ ਤੇ ਭਾਈ ਸਰਜੀਤ ਤੇ ਇੱਕ ਬੰਦਾ ਪਿੰਡ ਤੋਂ ਗਿਰਦੇ ਸੀ ਅਸੀਂ ਮੁਕਸਰ ਤੇ ਆਏ ਪ੍ਰੀ ਪਲਾਨਡ ਇਹ ਮਤ ਕੇ ਆਏ ਵੀ ਲੈ ਵੀ ਇਤ ਕੀ ਦੇਖੀ ਜਾਊਗਾ ਵੀ ਭਾਈ ਸਰਜੀਤ ਦਾ ਕੋਈ ਲੱਭ ਕੇ ਤਾਂ ਦੇਖੀਏ ਦੇਖੋ ਹਰ ਇੱਕ ਚੀਜ਼ ਦੀ ਪੈਰਵਾਹੀ ਕਰਨ ਨੂੰ ਤੁਹਾਡੇ ਕੋਲ ਕੁਝ ਚਾਹੀਦਾ ਸਾਧਨ ਚਾਹੀਦਾ ਪਹਿਲਾਂ ਪਾਪਾ ਜੀ ਇਨ ਪਾਵਰ ਸੀ ਅਸੀਂ ਬੱਚੇ ਕੁਝ ਨਹੀਂ ਕਰ ਸਕਦੇ ਠੀਕ ਪਰ ਪਪਾ ਹੀ ਨੇ ਦੋ ਤਿੰਨ ਵਾਰ ਕੋਸ਼ਿਸ਼ ਹੀ ਵੀ ਕੀਤੀ ਵੀ ਇਹਨੂੰ ਕੈਂਪ ਭੇਜ ਦਵਾਂ ਮਮਾ ਅੜ ਜਾਂਦੇ ਸੀ ਉਹ ਕਹਿੰਦੇ ਇਹਨੂੰ ਕੈਂਪ ਭੇਜ ਕੇ ਕੀ ਕਰੋਗੇ ਇੱਥੇ ਹੀ ਮਾਰ ਦੋ ਕੈਂਪ 'ਚ ਇਹਨੂੰ ਕੀ ਪਤਾ ਇਹਨੂੰ ਕੌਣ ਲੱਭੂ ਕਿੱਥੇ ਵਿਚਾਰਾ ਜਾਊ ਕੀ ਕਰੂ ਉਹ ਕਹਿੰਦੇ ਮੈਂ ਨਹੀਂ ਜਾਣਦਾ ਠੀਕ ਹਾਲਾਂਕਿ ਇੱਕ ਵਾਰ ਗੁੱਸੇ ਹੋ ਕੇ ਚੱਲ ਗਿਆ ਮਮਾ ਫੇਰ ਬਾਬਾ ਜੀ ਕੋ ਗਿਆ ਸੰਤ ਸਾਡੇ ਬਹੁਤ ਤਕੜੇ ਉਹ ਨੇ ਕਹਿ ਉਹਨੇ ਕਹਿਣਾ ਕਮਲੀ ਐ ਬਗਾਨੇ ਵੀ ਆਪਣੇ ਬਣਦੇ ਆ ਉਹਨੇ ਕਹਿਣਾ ਪਤਾ ਨਹੀਂ ਉਹ ਕਿੱਥੇ ਹੋਊ ਮੈਂ ਉਦੋਂ ਵੀ ਨਹੀਂ ਉਹਨੂੰ ਦੱਸ ਕੇ ਗਿਆ ਸੀ ਜਦੋਂ ਬੀਜੀਏ ਕਹਿੰਦੇ ਚੰਗਾ ਤਲ ਫਿਰ ਆਜੂ ਇਹ ਟਰੱਕਾਂ ਨਾਲ ਚੱਲਿਆ ਗਿਆ ਦਿੱਲੀ ਤੋਂ ਪਰੇ ਟੱਪ ਗਿਆ ਚੌਥੇ ਦਿਨ ਰਾਤ ਨੂੰ ਪੈਪੇ ਨੂੰ ਕਹਿੰਦਾ ਮੈਨੂੰ ਇੰਨੀ ਐਚਬੀ ਲੱਗੀ ਯਾਰ ਵੀ ਹੋਰ ਸਾਰਾ ਘਰ ਕੁਝ ਵੀ ਬੀਬਜੀ ਕੀ ਸੋਚਣਗੇ ਵੀ ਮੈਂ ਉਹੀ ਉਪਰਾਂ ਨਿਕਲ ਗਿਆ ਫਿਰ ਉਹ ਵਾਪਸ ਮੇਰੇ ਨਾਨਾ ਜੀ ਕੋਲ ਮੇਰੇ ਪਾਪਾ ਹੀ ਬਹੁਤ ਸਖਤ ਸੀ ਮੈਂ ਉਦੋਂ ਵੀ ਇੰਟਰਵਿਊ 'ਚ ਕਿਹਾ ਸੀ ਮੈਂ ਪਿਕਚਰ ਦੇ ਵਿੱਚ ਵੀ ਮੇਰੇ ਡਾਇਲੋਗ ਹੀ ਨੇ ਤੇ ਉਹ ਫਿਰ ਨਾਨਾ ਜੀ ਕੋ ਗਿਆ ਫਿਰ ਨਾਨਾ ਜੀ ਨੇ ਆ ਨਾਲ ਪਾਪਾ ਜੀ ਨੂੰ ਬੁਲਾ ਕੇ ਆ ਕਾਕਾ ਬੰਦਾ ਬਣ ਜਾ ਉਹਨੇ ਇਹਨੂੰ ਬੇਟੇ ਨਹੀਂ ਉਹ ਕਹਿੰਦੇ ਨੇ ਡਿਸਪੀਸਪਲਨ ਦੇ ਕੋ ਫੌਜੀ ਫੌਜੀ ਨੇ ਚਲੋ ਐਨੀ ਉਹ ਤੋਂ ਬਾਅਦ ਰਹੇ ਅਸੀਂ ਇਕੱਠੇ ਰਹੇ ਫਿਰ ਮੈਂ ਵੀ ਰਿਹਾ ਮੈਂ ਵੀ ਥੋੜਾ ਵਲੰਟੀਰ ਮੈਂ ਵੀ ਪਹਿਲਾਂ ਹੀ ਐਡ ਹੋ ਗਿਆ ਸੀ ਤੁਸ ਤੇ ਫਿਰ ਅਸੀਂ ਜਦੋਂ ਉੱਥੇ ਗਏ ਉੱਥੇ ਜਾ ਕੇ ਪਤਾ ਕਰਿਆ ਪਤਾ ਕਰਨ ਤੋਂ ਬਾਅਦ ਅਸੀਂ ਪੁੱਛੀ ਜਾਈਏ ਕੇ ਸਰ ਠੋੜਾ ਅ블ੂ ਕੋਈ ਨਾ ਦਿੱਥੇ ਹੁਣ ਮੁਕਤ ਇੱਕ ਬੰਦੇ ਨੇ ਕਹਤਾ ਵੀ ਕਹਣਾ ਹੋ ਤਾਂ ਕੁਛ ਨਹੀਂ ਪਤਾ ਲੱਗਦਾ ਵੀ ਅ블ੂ ਪਿੰਡ ਆਏਗਾ ਆ ਪਰ ਅ블ੂ ਕਈ ਨਹੀਂ ਅ블ੂ ਮੈਂ ਮਾਂ ਅ블ੂ ਸਰ ਜਾ ਅ블ੂ ਪਤਾ ਨਹੀਂ ਕੀ ਇਦਾਂ ਦੇ ਪਿੰਡ ਨੇ ਤੇ ਅਸੀਂ ਜੀਪ ਚੱਕੀ ਦੂ ਇਹ ਦਿਨ ਸਵੇਰੀ ਅਸੀਂ ਉੱਥੇ ਪਿੰਡ ਚਲੇ ਗਏ ਲੱਕੀ ਲਈ ਜੋ ਜਾ ਕੇ ਪੁੱਛੇ ਬੇ ਇੱਥੇ ਕੋਈ ਮੁਸਲਮਾਨਾਂ ਦੇ ਘਰ ਸੀਗੇ ਉਹ ਕਹਿੰਦੇ ਸੀਗੇ ਉਹਨਾਂ ਦੇ ਜਦੋਂ ਗਏ ਘਰ ਇਹਨਾਂ ਦਾ ਸਕਾ ਚਾਚਾ ਛੇਰ ਮੈਂ ਦੇ ਨਾਉ ਨਹੀਂ ਭੁੱਲਿਆ ਮੂੰਹ ਨਾ ਭੁੱਲਿਆ ਉਹ ਘਰੇ ਗਏ ਤਾਂ ਉਹ ਮਿਲ ਗਿਆ ਉਹਨੂੰ ਦੇਖਿਆ ਸਾਰਿਆਂ ਦੇ ਕੋਟ ਪੈਂਟ ਸਾਡੇ ਪਾਏ ਹੋਏ ਸਰਦੀਆਂ ਦਾ ਦਿਨ ਸਭ ਕਿਤੇ ਮਾਗੀ ਤੁਹਾਨੂੰ ਪਤਾ ਹੀ ਆਈ ਤੇ ਮੁੱਛਾ ਮੱਚਾ ਬਾਈ ਸਰਜੀਦੀ ਮੁੱਛ ਤਾਂ ਇੰਨੀ ਤਕੜੀ ਸੀਗੀ ਹੁਣ ਮੈਂ ਤੁਹਾਨੂੰ ਕੀ ਕਹਾ ਉਹ ਵੀ ਇਹਨਾਂ ਨੇ ਮਨਤੀ ਦੂਏ ਦਿਨ ਮਲਾਈ ਬਨ ਕੇ ਰਾਤ ਨੂੰ ਸੌਂਦਾ ਸੀ ਉਹ ਫਿਰ ਉੱਥੇ ਕਿ ਸ਼ਾਕਾ ਦੁੱਜੀ ਸੀ ਮੈਂ ਇਹ ਨਾ ਪਿਆ ਗੱਲ ਮੈਂ ਕਹਿੰਦਾ ਇਹਦੀਆਂ ਵੀ ਮੁੰਨੋ ਜਿਹਾ ਛਲੇ ਦੇ ਹੂੰ ਸਰਜੀਦੀ ਮੁੱਛ ਤਾਂ ਵੱਢਦੀ ਇਹਦੀ ਸ਼ਾਕੇ ਦੀ ਕਿਉਂ ਨਹੀਂ ਵੱਢਦੇ ਤੇ ਮੁਸਲਮਾਨ ਨਹੀਂ ਉਹਦੀ ਦੇਖੋ ਜਿਹੜੇ ਦੂਜਿਆਂ ਫੋਟੋ ਮਿਲੋ ਸਰਦਾਰ ਦਾਸ ਅਸਲ ਮੁਹੰਮਦ ਨੂੰ ਸਦੀਕ ਨੂੰ ਉਹਦੀ ਧੀ ਜਬਰਦਸਤ ਮੁੱਛ ਪੌਲਿਸੀ ਜ ਮਸ਼ਹੂਰ ਸੀ ਸਾਡੇ ਪਿੰਡ ਚ ਯਾਨੀ ਸਾਰੇ ਨੂੰ ਪਤਾ ਸੀ ਪਿੰਡ ਵਾਲਿਆਂ ਨੂੰ ਵੀ ਪਤਾ ਸੀ ਚਲੋ ਆਈ ਨਹੀਂ ਆਓ ਉਹ ਗਏ ਤਾਂ ਉਹ ਮਿਲ ਗਿਆ ਉਹ ਕਹਿੰਦਾ ਵੀ ਤੁਸੀਂ ਅਸੀਂ ਕਹਿੰਦੇ ਅਸੀਂ ਚੰਡੀਗੜ੍ਹ ਤੋਂ ਆਏ ਆ ਲੈ ਜੀਪ ਦੇਖ ਕੇ ਵੀ ਉਸ ਜਮਾਨੇ ਜੀਪ ਕੀਤੇ ਕੋ ਹੁੰਦੀ ਸੀ ਜੀ ਲੋਕਾਂ ਕੋਲ ਸਾਈਕਲ ਨਹੀਂ ਸੀਗਾ ਸਾਡੇ ਪਿੰਡ ਚ ਨਾ ਤੇ ਉਹ ਕਹਿੰਦੇ ਵੀ ਦੱਸੋ ਉਹ ਕਹਿੰਦੇ ਅਸੀਂ ਆ ਵੀ ਕੀ ਦੱਸਣਾ ਵੀ ਤੁਹਾਡਾ ਕੋਈ ਮੁੰਡਾ ਘੁੰਮੀਆ ਵੀ ਸਾਨੂੰ ਡੀਸੀ ਆਫਿਸ ਤੋਂ ਪਤਾ ਲੱਗਿਆ ਉਹ ਕਹਿੰਦੇ ਹਾਂ ਗੁੰਮਿਆ ਸੀਗਾ ਕੀ ਦਾ ਕਹਿੰਦਾ ਮੇਰਾ ਪਾਜੀ ਦਾ ਕੇਸਰ ਸੀ ਉਹਦਾ ਤੇ ਜੀ ਕਹਿੰਦਾ ਕੇਸਰ ਕਿੱਥੇ ਕਹਿੰਦਾ ਕੇਸਰ ਪਾਕਿਸਤਾਨ ਦੇ ਮੁੰਡੇ ਦੀ ਕੀ ਨਿਸ਼ਾਨੀ ਆ ਉਹ ਕਹਿੰਦਾ ਜਦੋਂ ਆਇਆ ਤੁਹਾਨੂੰ ਸਾਡੇ ਦਿਮਾਗ 'ਚ ਹੀ ਸੀ ਵੀ ਉਹ ਜਿਹੜਾ ਘੱਟ ਵੱਢ ਹੋਈ ਕਿਸੇ ਦੰਗਈ ਬੰਦੇ ਨੇ ਸ਼ਰਾਰਤੀ ਮੈਂ ਤਾਂ ਸ਼ਰਾਰਤੀ ਵੀ ਹੂੰ ਕੁੱਤੇ ਵੀ ਹੂੰ ਮੈਨੂੰ ਕੋਈ ਪਰਵਾਹ ਨਹੀਂ ਚਾਹੇ ਉਸੇ ਕੋਣ ਕੋਈ ਹੋਣ ਮੈਂ ਨਹੀਂ ਕਦੇ ਬੇਟੇ ਉਧਰ ਵੀ ਪ੍ਰਵਾਹ ਕਰਦਾ ਨਹੀਂ ਨਹੀਂ ਹਾਂ ਕੀ ਗੱਲ ਉਹ ਜਿਹੜਾ ਮਾਰਨ ਉਹਦੇ ਕਿਹੜਾ ਸੱਲ ਦੇ ਚਾਰ ਹੱਥ ਨੇ ਜਿਹੜੇ ਮੇਰੇ ਦੋ ਨੇ ਠੀਕ ਹੈ ਨਹੀਂ ਤੇ ਉਹ ਸਾਨੂੰ ਤਾਂ ਮਾਦੀ ਵੀ ਕਿਸੇ ਨੇ ਵਰਛਾ ਜਾਂ ਕਿਰਪਾਨ ਮਾਰੀ ਹੋਈਆਂ ਦੇ ਲੱਤੇ ਪਰ ਉਹ ਛੇਰ ਦੱਤੇ ਤੋਂ ਪਤਾ ਲੱਗਿਆ ਵੀ ਇਹ ਖੇੜ ਦੇ ਦੇ ਕਿਤੇ ਉਹ ਕੰਚ ਭੱਜਿਆ ਸੀ ਲੱਤ 'ਚ ਉਹ ਕੰਚ ਦੇ ਬਖੀਰੀ ਤੱਕ ਉਹਦਾ ਐਡਾ ਵੱਡਾ ਜ਼ਖਮ ਜਦੋਂ ਸਾਡੇ ਕੋਲ ਵੀ ਲੈ ਆਇਆ ਉਦੋਂ ਵੀ ਇਹਦਾ ਬਹੁਤ ਬੁਰਾ ਹਾਸਿਓ ਜ਼ਖਮ ਦਾ ਬਹੁਤ ਬੁਰਾ ਤੇ ਉਹ ਕਹਿੰਦਾ ਆ ਨਿਸ਼ਾਨੀਆਂ ਅਸੀਂ ਸਭ ਕੋ ਪੁੱਛ ਕੇ ਆ ਗਏ ਅਸੀਂ ਆ ਵੀ ਕੋਈ ਹੋਰ ਗੱਲ ਕਹਿੰਦੇ ਵੀ ਸਾਨੂੰ ਐਨਾ ਪਤਾ ਲੱਗਿਆ ਸੀ ਵੀ ਡਿਪਟੀ ਤਖੜ ਲੈ ਗਿਆ ਪਾਪਾ ਜੀ ਨੂੰ ਅੜਬ ਕੋਕੜ ਕਰਕੇ ਸੰਧੂ ਨਹੀਂ ਸੀ ਕਹਿੰਦੇ ਤਖੜ ਕਹਿੰਦੇ ਸੀ ਵੀ ਅੜਬੰਦਾ ਚਲੋ ਇੰਨੀ ਉਹ ਤੋਂ ਬਾਅਦ ਕੀ ਹੋਇਆ ਜੀ ਤੇ ਅਸੀਂ ਆ ਕੇ ਫਿਰ ਚਿੱਠੀ ਪਾਈ ਪਾਪਾ ਜੀ ਨੇ ਰੈ ਲਾ ਕੇ ਫਿਰ ਦਾਤਾ ਸ਼ੇਰ ਉੱਥੋਂ ਆਇਆ ਛੋਟ ਜਦੋਂ ਆਇਆ ਆਉਂਦੇ ਉਹਨੇ ਦੂਰੋਂ ਹੀ ਪਾਪਾ ਜੀ ਪਛਾਣ ਲਏ ਕਹਿੰਦਾ ਉਹ ਦਾ ਇਹ ਡਿਪਟੀ ਤਖੜ ਨਹੀਂ ਕਹਿੰਦੇ ਹਾਸਲੇ ਕਹਿੰਦੇ ਮਈਆਂ ਫਿਰ ਉਹ ਚੱਤੀ ਨੇ ਕੋ ਮੱਖਣ ਲਾ ਚਲੋ ਬਲੱਡ ਬਲੱਡ ਹੀ ਹੁੰਦਾ ਬਈ ਇਹ ਚ ਉਹਦਾ ਵੀ ਗਿਲਾ ਨਹੀਂ ਕਿਸੇ ਦਾ ਗਿਲਾ ਨਹੀਂ ਆਪਣਾ ਦੇਖੋ ਫੇਰ ਵੀ ਦੇਖੋ ਅਸੀਂ ਡਿਊਟੀ ਨਿਭਾਤੀ ਪਰ ਫੇਰ ਵੀ ਆਪਣਾ ਪੁੱਤ ਉਹ ਕਹਿੰਦਾ ਜੀ ਮੈਲ ਜਾਣਾ ਇਹ ਕਹਿੰਦਾ ਮੈਂ ਜਾਣਾ ਚਲੋ ਇਹ ਚਲਿਆ ਗਿਆ ਫੇਰ ਉੱਥੋਂ ਥੋੜਾ ਦੇਣਾ ਬਾਅਦ ਮੁੜਿਆ ਆਇਆ ਬਾਈ ਬੜਿਆਂ ਦਾ ਆਣ ਪ੍ਰਮਾਨ ਸੀ ਜਾਂ ਬਾਈ ਬੜੇ ਅੱਛਾ ਤੁਹਾਡੀ ਗੱਲ ਕੱਟ ਹੁੰਦੀ ਐ ਇਹ ਇੱਥੇ ਆਣ ਦੀ ਉਹਦੀ ਜਿੱਦ ਸੀ ਜਾਂ ਤੁਹਾਡੇ ਘਰ ਦੇ ਕਿਸੇ ਕੋਲ ਮੈਂ ਤੁਹਾਨੂੰ ਦੱਸਦਾ ਇੱਕ ਇਹ ਤੋਂ ਬਾਅਦ ਉਸ ਟੌਪਿਕ ਤੇ ਮੈਂ ਆਣਾ ਉਹ ਫੇਰ ਬਾਈ ਨੂੰ ਉਹ ਲੈ ਗਏ ਜਦੋਂ ਇਹ ਕਹਿੰਦਾ ਵੀ ਉੱਥੇ ਤਾਂ ਕੁਝ ਵੀ ਨਹੀਂ ਉਹਦੇ ਕੋਲ ਜ਼ਮੀਨ ਦੇ ਚਾਰ ਪੰਜ ਕਿਉਂਕਿ ਇਹਨਾਂ ਨੇ ਤਾਂ ਜ਼ਮੀਨੇ ਤੇ ਲਾਟੇ ਨਹੀਂ ਕਰਾਈ ਇਹ ਵਿਚਾਰੇ ਭੋੜੇ ਸੀ ਐਨਪਰਸੀ ਜਿੱਥੇ ਪਲੱਸ ਪੁਆਇੰਟ ਆ ਇਹ ਟੱਬਰ ਦਾ ਮਾਪ ਪਲੱਸ ਪੁਆਇੰਟ ਪਾਕਿਸਤਾਨ ਚ ਕਹਿ ਕੇ ਜਾऊं ਜਿੱਥੇ ਮਾਈਨਸ ਆ ਮੈਂ ਮਾਈਨਸ ਕਹਿ ਕੇ ਜਾऊं ਮੈਂ ਮੱਖਣ ਨਹੀਂ ਲਾਊਗਾ ਜਿਹੜੀ ਗੱਲ ਕੋਰੀਏ ਕੋਰੀ ਉਹਦੇ ਵਿੱਚ ਦੇਖੋ ਇੰਨੀ ਜ਼ਮੀਨ ਸੀ ਇਹਨੇ ਕੋ ਉੱਥੇ ਜੇ ਪੈਰਵਾਈ ਕਰਦੇ ਇੱਥੇ ਜ਼ਮੀਨ ਮਿਲਦੀ ਚਲੋ ਪਰ ਉਹ ਜ਼ਮੀਨ ਦਾ ਤਾਂ ਪੈਰਵਾਈ ਕਰਦੇ ਜਿੱਥੇ ਟੱਬਰ ਇਕੱਠਾ ਹੁੰਦਾ ਅਬੂ ਤਾਂ ਟੱਬਰ ਇਕੱਠਾ ਕਰਦੇ ਵਿਚਾਰਾ ਮਰ ਗਿਆ ਜਦ ਨੂੰ ਜ਼ਮੀਨਾਂ ਲਾਟ ਹੋ ਗਈਆਂ ਚਲੋ ਐਨੀ ਹਾਉ ਉਹ ਤੋਂ ਬਾਅਦ ਕੀ ਹੋਇਆ ਜੀ ਜਦੋਂ ਇਹ ਬਾਈ ਵੱਡੇ ਗਏ ਉਂਠ ਲੈ ਕੇ ਦਿੱਤਾ ਹੋਰ ਖੇਤੀ ਦਾ ਸਾਰਾ ਸਮਾਨ ਲੈ ਕੇ ਦਿੱਤਾ ਤੁਹਾਡੇ ਕੋਲ ਗਏ ਨਹੀਂ ਬਾਈ ਵੱਡਾ ਫਿਰ ਚਾਚੇ ਸ਼ੇਰ ਕੋ ਗਿਆ ਪਠੰਡੇ ਇੱਕ ਵਾਰ ਤਾਂ ਚਾਚਾ ਸ਼ੇਰ ਨਾਲ ਲੈ ਗਿਆ ਆਪਣੇ ਭਤੀਜੇ ਨੂੰ ਪਠੰਡੇ ਫਿਰ ਉਹ ਕਹਿੰਦਾ ਮੈਂ ਖੇਤੀ ਕਰਨੀ ਆ ਦੇਖੋ ਸੀ ਤਾਂ ਬਹੁਤ ਹਾਰਡ ਤੇ ਹੁਣ ਖੇਤੀ ਕਰਨ ਨੂੰ ਉਹ ਕਹਿੰਦਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਬੀਜੂ ਤਾਂ ਤੇਰੀ ਜ਼ਮੀਨ ਤੈਨੂੰ ਮੁਫਦਾ ਨੌਕਰ ਮਿਲਿਆ ਤੂੰ ਆਪਣਾ ਲਿਆ ਸਾਧਨ ਠੀਕ ਮਤਲਬ ਤਾਂ ਸੀ ਢਕਾਉਣ ਵਾਲਾ ਹੁਣ ਸਾਡਾ ਆਪਣਾ ਸਾਰਾ ਸਾਰਾ ਟੱਬਰ ਫੜੇ ਸਮਝਦਾ ਬਾਈ ਵੀ ਸੀ ਸਰਜੀਤ ਵੀ ਵੀ ਢਕਾਉਂਦਾ ਉਹ ਕਹਿੰਦਾ ਵੀ ਪਪਾ ਜੀ ਮੈਂ ਉਹ ਕਹਿੰਦੇ ਜੇ ਕੋਈ ਨਾ ਖੇਤੀ ਕਰਨੀ ਆ ਰਣਜੀਤ ਸਿੰਘਾ ਤੂੰ ਨਾਲ ਜਾ ਵੀ ਉਥੋਂ ਜੋ ਉਂਠ ਹਾੜ ਜੋ ਇਹ ਕਹਿੰਦਾ ਇਹਨੂੰ ਲੈ ਕੇ ਦੇ ਆ ਚਲੋ ਲੈ ਕੇ ਦੇ ਤਾਂ ਖੇਤੀ ਕੀਤੀ 2-3 ਸਾਲ ਬਾਅਦ ਠੀਕ ਇੱਕਦਮ ਇਹਨਾਂ ਝਗੜਾ ਇਹ ਹੋਇਆ ਉਹਦੇ ਲੜਕੀ ਸੀ ਉਹਦੇ ਪਤਾ ਨਹੀਂ ਭਾਣਜੀ ਪਤਾ ਨਹੀਂ ਕੀ ਜੈਨੀ ਉਹ ਵਿੱਚੋਂ ਉਹ ਕਹਿੰਦੇ ਵੀ ਇਹਨਾਂ ਦਾ ਵਿਆਹ ਕਰ ਦੂ ਉਹਨੂੰ ਸਾਡੇ ਚ ਰਿਆ ਜੇ ਉਹਨੇ ਅਮਰਤ ਨਿਸ਼ਾ ਤੇ ਆ ਕੇ ਕਿਰਪਾਨ ਨਹੀਂ ਪਾਈ ਸੰਸਕਾਰ ਤਾਂ ਸਾਡੇ ਵਾਲੇ ਸੀ ਨਾ ਉਹ ਕਹਿੰਦਾ ਮੈਂ ਆਪਣੀ ਭੈਣ ਨਾਲ ਪਿਆ ਕਿਵੇਂ ਕਰਾਵਾਂ ਉਥੋਂ ਫੇਰੇ ਇਹਨਾਂ ਦਾ ਥੋੜਾ ਜਿਹਾ ਹੋਇਆ ਲੜਕੇ ਫੇਰ ਭੱਜ ਆਇਆ ਹਾਂ ਉਸ ਵੇਲੇ ਇਹਨਾਂ ਦੀ ਪਾਕਿਸਤਾਨ ਚਿੱਠੀ ਪੱਤਰ ਚੱਲਦਾ ਸੀ ਜਦੋਂ ਹੁਣ ਚਾਚੇ ਕੋ ਬੈਠਾ ਚਾਚਾ ਦੱਸਦਾ ਨਹੀਂ ਵੀ ਮੁੰਡਾ ਮੇਰੇ ਕੋਲ ਹੁਣ ਬੈਠੇ ਨੇ ਬੱਚੇ ਪੁੱਛੇ ਲੈਣ ਦੇਖੋ ਫਰਜ਼ੀ ਦਾ ਇਹਨਾਂ ਦਾ ਬਣਦਾ ਇਹਨਾਂ ਦਾ ਬਣਦਾ ਸੀ ਵੀ ਉਹਨੂੰ ਇੰਡੀਆ ਤੋਂ ਲੈ ਕੇ ਆਉਂਦੇ ਜਾਂ ਉਹ ਚਾਚਾ ਭੇਜਦਾ ਤੇ ਲੋ ਉਹ ਤੋਂ ਬਾਅਦ 65 ਤੋਂ ਬਾਅਦ ਹਾਂ 2 ਸਾਲ ਲਾ ਕੇ 67 8 ਤੇ ਫਿਰ ਸਾਡੇ ਕੋ ਆ ਗਿਆ ਫਿਰ ਭਾਈ ਜੀ ਅਸੀਂ 71 ਦੇ ਵਿੱਚ ਦੋਨਾਂ ਨੇ ਪਾਸਪੋਰਟ ਆਏ ਸਾਨੂੰ ਕਮਲੇ ਮਹੀਨ ਜੀ ਵੀ ਵੀਜ਼ਾ ਵੀ ਲੈਣਾ ਹੁੰਦਾ ਉਹ ਬਾਰਡਰ ਵਾਲੇ ਕਹਿੰਦੇ ਪਹਿਲਾਂ ਵੀਜ਼ਾ ਲੈ ਕੇ ਆਓ ਅਸੀਂ ਵੀਜ਼ਾ ਲੈਂਦੇ ਰਹੇਗੇ ਜਦ ਨੂੰ 71 ਦੀ جنگ ਲੱਗੀ 71 ਦੀ ਜੰਗ ਲੱਗਣ ਨਾਲ ਫਿਰ ਬੇਟੇ 10 ਸਾਲ ਆਪਣੀ ਕੰਟਰੀ ਚਿੱਠੀ ਪੱਤਰ ਸਭ ਬੰਦ ਆਪਣੇ ਮੁਲਕ ਵੀ ਬੰਦ ਫਿਰ ਸੀਗੀ ਜ ਖੁੱਲੇ ਫਿਰ ਮੇਰੀ ਭਤੀਜੀ ਦੀ ਮਰ ਜਾਂਦੀ ਫਿਰ ਇਹਨੂੰ ਵੀ ਜਿਹੜਾ ਹੱਥੀ ਬੱਚੇ ਪਾਲੇ ਤੇ ਨੇਚਰਲੀ ਇਹਲੇ ਹੁੰਦਾ ਔਰ ਮੈਂ ਇੱਕ ਦਾਵੇ ਨਾਲ ਗੱਲ ਕਹਿਣਾ ਬਾਈ ਜੀ ਮੇਰੀ ਭਤੀਜੀ ਦੀ ਜਨ ਚਾਰ ਹਾਈ ਕੋਰਟ ਦੇ ਜੱਜ ਆਏ ਸੀ ਤਹਿਸੀਲ ਦਾ ਜੱਜ ਮਾਨ ਨਹੀਂ ਹੁੰਦਾ ਪਾਪਾ ਹੀ ਨੇ ਸਾਨੂੰ ਚਾਰੇ ਭਾਈਆਂ ਨੂੰ ਉਹਨਾਂ ਨੂੰ ਨਹੀਂ ਮਿਲਾਇਆ ਪਾਪਾ ਹੀ ਨੇ ਲਜਾਇ ਕਹਿੰਦੇ ਆਹ ਮੇਰਾ ਪੁੱਤ ਆ ਜਿਹਦੀ ਬਦੌਲਤ ਅੱਜ ਸਾਰੀ ਮੇਰੀ ਖੇਤੀ ਬਾੜੀ ਆ ਇਹ ਤੋਂ ਵੱਡੇ ਦੋ ਭਰਾ ਮੇਰੇ ਸੀ ਅਸੀਂ ਦੋ ਛੋਟੇ ਸੀ ਜੰਦੀ ਮੇਤੋ ਬਡੇ ਭਰਾ ਦੇ ਤਹਾਨੂੰ ਪਰਮਾਨੀ ਜੰਦੀ ਇਹ ਗਗਬਲਾ ਮੁੰਡਾ ਮੰਨ ਲਓ ਵੀ ਐ ਮੁੰਡੇ ਦੀ ਬਦੌਲਤ ਮੇਰਾ ਸਾਰਾ ਕੰਮ ਆ ਕਦੇ ਕੋਈ ਇੰਨਾ ਅਪਰੀਸ਼ੀਏਟ ਕਰਦਾ ਕਦੇ ਨਹੀਂ ਮੈਂ ਤਾਂ ਬਹੁਤ ਵੱਡੀ ਗੱਲ ਆ ਠੀਕ ਨੇ ਮੈਂ ਤਾਂ ਕਹਿੰਦਾ ਫਿਰ ਉਹ ਤੋਂ ਬਾਅਦ ਚਲੋ 82 ਦੇ ਵਿੱਚ ਹੋਇਆ ਫਿਰ ਉਹ ਇੰਨਾ ਮੋਸ਼ਨਲ ਹੋਇਆ ਇਹਦੀ ਤੀ ਗੱਲ ਕਹੀ ਪਹਿਲਾਂ ਵੀ ਜਦੋਂ ਮੇਰੇ ਨਾਲ ਹੀ ਸੀ ਬਾਈ ਵੱਡਿਆਂ ਨਾਲ ਤਾਂ ਸੀ ਪਿਆਰ ਬੇ ਪਤਣਾ ਨਹੀਂ ਕਿਉਂ ਨਾ ਹਮੋਰ ਸੀ ਪਰ ਜਿਹੜੀ ਸਾਡੀ ਦੋਨਾਂ ਦੀ ਯਾਰੀ ਦੋਸਤੀ ਸੀ ਉਹ ਲੈਦੇ ਹੀ ਸੀਗੀ ਹਾਂ ਕਿਉਂ ਸਾਡਾ ਬੈਡਰੂਮ ਦੋਨਾਂ ਦਾ ਇੱਕ ਸੀ ਸਾਡਾ ਦੋਨਾਂ ਦੀਆਂ ਅਲਮਾਰੀਆਂ ਇਕੱਠੀਆਂ ਹਰੇਕ ਕਮਰੇ 'ਚ ਪਾਪਾ ਹੀ ਨੇ ਦੋ ਦੋ ਅਲਮਾਰੀਆਂ ਮਣਾਈ ਸੀ ਹਰੇ ਚਾਰੇ ਪੰਜਾਂ ਦੇ ਡੋਟ ਸਾਡਾ ਦੋਨਾਂ ਸੀ ਅਸੀਂ ਇਕੱਲੇ ਲੈਣਾ ਤੇ ਅਸੀਂ ਦੋਨੇ ਇਕੱਠੇ ਜਾਂਦੀ ਜਾਂਦੀ ਜਿਹੜੀ ਉਹਦੇ ਵਿੱਚ ਫੇਰੇ ਬੈਠਾ ਕਹਿੰਦਾ ਗੁੱਲੂ ਪੈਗਾਮ ਵੀ ਬਾਈ ਕਹਿੰਦਾ ਵੀ ਮੇਰਾ ਜੀ ਕਹਿੰਦਾ ਸਾਲਾ ਮੈਂ ਬਾਰਡਰ ਭੱਜ ਕੇ ਟੱਪ ਦਵਾਂ ਉਹ ਮੈਂ ਕਿਹਾ ਪਤੰਦਰਾ ਮਰ ਜਾਏਗਾ ਬਫਤਾ ਪਾਏਗਾ ਥਾਲੀ ਕਿਸੇ ਨੇ ਗੋਲੀ ਮਾਰ ਦੇਣੀ ਕਹਿੰਦਾ ਸਾਲੇ ਨੂੰ ਚੱਕ ਕੇ ਗੱਡ ਦੂੰ ਇੱਕ ਗੱਡ ਦੂੰ ਬੜਾ ਕਹਿੰਦਾ ਸੀ ਉਹ ਕੰਨਾ ਗੜ ਦੂੰ ਬਾਈ ਇਹ ਤਕੜਾ ਇੰਨਾ ਸੀ ਤੂੰ ਹੀ ਲੋਹੇ ਦਾ ਬੱਟਾ ਦੇਖ ਲਓ ਕਿਤੇ 50 ਕਿਲੋ ਵਾਲਾ ਉਹਦੇ ਵਿੱਚ ਇੰਨੀ ਜਗ੍ਹਾ ਹੁੰਦੀ ਆ ਮੈਂ ਕਸਮ ਚਾੱਕ ਕੇ ਕਹਿੰਨਾ ਤੁਹਾਡੇ ਚੈਨਲ ਪੌਤ ਵਾਲੇ ਵੀ ਸੁਣਣਗੇ ਇਹ ਉਹ ਬੱਟੇ ਦੇ ਵਿੱਚ ਆਇਆ ਹੱਥ ਪਾ ਕੇ ਨਾ ਇੱਕ ਅਥਨ ਨੂੰ ਐ ਸੱਦਾ ਬੱਲਾ ਕਢ ਦਉਂਦੇ ਮੈਂ ਇੱਕ ਇਹ ਇੱਕ ਮੇਰਾ ਵੱਡਾ ਭਾਈ ਬਾਪੂ ਜੀ ਦੋਨੇ ਜਦੋਂ ਜੀਤੀ ਦੋਨਾਂ ਦੀ ਇੱਕੋ ਜਿਹੀ ਬਾਡੀ ਇੱਕੋ ਜਿਹਾ ਜਦੋਂ ਪੰਜੀਰੀ ਬਣਣੀ ਦੋਨਾਂ ਦੇ ਪੀਪੇ ਬਰੋ ਬਰੋ ਚਲੋ ਜੀ ਉਹ ਤੋਂ ਬਾਅਦ ਚਲੋ ਐਨੀ ਹੋ ਉਹ ਤੋਂ ਬਾਅਦ ਅਸੀਂ ਚਲੇ ਗਏ ਵੀਜ਼ਾ ਮਿਲ ਗਿਆ ਮਿਦਾਨ ਮਿਲਣ ਤੋਂ ਬਾਅਦ ਸ਼ੋਰਟ ਚਾਹਣ ਪਾਕਿਸਤਾਨ ਆ ਗਏ ਜਿਸ ਰਾਤ ਅਸੀਂ ਆਏ